सत श्री अकाल जी, स्वागत है ਤੁਹਾਡਾ ਸਾਡੇ ਚੈਨਲ ਤੇ। ਤੇ ਮੇਰੇ ਅੱਜ ਤੁਸੀਂ ਦੋ ਦੋ ਮਾਈਕ ਵੇਖ ਕੇ ਤਾਂ ਸਮਝ ਹੀ ਗਏ ਕਿ ਅੱਜ ਮੇਰੇ ਸਿਰ ਤੇ ਦੋ ਦੋ ਜ਼ਿੰਮੇਵਾਰੀਆਂ ਨੇ। ਤਾਂ ਇਹ ਵੀ ਆਪਣਾ ਹੀ ਚੈਨਲ ਹੈ, ਨਿਰਪੱਖ ਪੋਸਟ ਜ਼ਰੂਰ ਤੁਸੀਂ ਵੇਖਿਆ ਹੋਏਗਾ ਤੇ ਪੰਜਾਬ ਟੀਵੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ। ਤਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਅਸੀਂ ਖੜੇ ਕਿੱਥੇ ਹਾਂ। ਅਸੀਂ ਖੜੇ ਹਾਂ ਜੀ ਬੈਸਟੈਕ ਮਾਲ ਮੋਹਾਲੀ ਵਿਖੇ, ਜਿੱਥੇ ਕਿ ਅੱਜ ਪ੍ਰੀਮੀਅਰ ਸੀ ਫਿਲਮ ਚਿੜੀਆਂ ਦਾ ਚੰਬਾ। ਤਾਂ ਉਸ ਫਿਲਮ ਦੇ ਪ੍ਰੀਮੀਅਰ ਤੇ ਜਾ ਰਹੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਕਿ ਫਿਲਮ ਕਿਵੇਂ ਦੀ ਲੱਗੀ ਆ। ਕਿਵੇਂ ਲੱਗੀ ਮੂਵੀ? ਬਹੁਤ ਬਹੁਤ ਵਧੀਆ, ਬਹੁਤ ਵਧੀਆ। ਕਿਵੇਂ ਲੱਗਾ ਕਿ ਕੁੜੀਆਂ ਦੀ ਇੰਪਾਵਰਮੈਂਟ ਦਿਖਾਈ ਗਈ ਹੈ, ਉਹਨਾਂ ਦੇ ਜ਼ੁਲਮ ਹੁੰਦਾ ਹੈ? ਮੈਂ ਤਾਂ ਸ਼ੁਰੂ ਤੋਂ ਹੀ ਕਹਿੰਦੀ ਹਾਂ ਕਿ ਕੁੜੀਆਂ ਨੂੰ ਦਬਣਾ ਨਹੀਂ ਚਾਹੀਦਾ ਹੈਗਾ। ਕੋਈ ਵੀ ਫੇਸ, ਕੋਈ ਵੀ ਪ੍ਰੋਬਲਮ ਆ ਉਹਨੂੰ ਫੇਸ ਕਰੋ, ਦਬ ਕੇ ਦਬਣਾ ਨਹੀਂ, ਮੁੰਡਿਆਂ ਵਾਂਗੂ ਦਬ ਅੱਗੇ ਵਧੋ। ਇਦਾਂ ਦੀਆਂ ਘਟਨਾਵਾਂ ਬਹੁਤ ਰੀਅਲ ਲਾਈਫ 'ਚ ਵੀ ਹੁੰਦੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਇਹਨਾਂ 'ਤੇ ਹੋਰ ਫਿਲਮਾਂ ਬਣਨੀਆਂ ਚਾਹੀਦੀਆਂ ਜਾਂ ਹੋਰ ਵਧੀਆ ਤਰੀਕੇ ਨਾਲ? ਬਿਲਕੁਲ ਬਿਲਕੁਲ ਬਣਨੀਆਂ ਚਾਹੀਦੀਆਂ। ਅਸੀਂ ਇਹਨੂੰ ਪ੍ਰਮੋਟ ਕਰਾਂਗੇ ਜਿੰਨਾ ਹੋ ਸਕਦਾ, ਐਂਡ ਖਾਸ ਕਰਕੇ ਕੁੜੀਆਂ ਲਈ, ਐਂਡ ਫੈਮਲੀ ਦੇ ਨਾਲ ਜਾਓ ਮੂਵੀ ਦੇਖਣ ਲਈ। ਤੁਸੀਂ ਸਪੈਸ਼ਲ ਮੈਸੇਜ ਕੀ ਦੇਣਾ ਚਾਹੋਗੇ? ਮੈਂ ਇਹ ਗੱਲ ਸਾਰਿਆਂ ਨੂੰ ਕਹਾਂਗੀ ਕਿ ਸਪੈਸ਼ਲੀ ਕੋਈ ਕੁੜੀਆਂ ਨੂੰ, ਮੋਸਟਲੀ ਕੁੜੀਆਂ ਦੀ ਪਾਵਰ ਦਿਖਾਈ ਗਈ ਫਿਲਮਾਂ ਦੇ ਵਿੱਚ। ਕੁੜੀਆਂ ਦਾ ਤੁਹਾਨੂੰ ਪਤਾ ਹੈ ਸਾਰੀਆਂ ਵਧੀਆ ਹੀ ਹੁੰਦੀਆਂ, ਬਟ ਇਹੀ ਗੱਲ ਕਹਾਂਗੀ, ਕਿਸੇ ਅੱਗੇ ਝੁਕਣਾ ਨਹੀਂ ਚਾਹੀਦਾ। ਦਬ ਕੇ ਕੁਛ ਵੀ ਕਰੋ, ਕੋਈ ਇੱਦਾਂ ਦਾ ਕੁਛ ਨਾ ਕਰੋ ਕਿ ਕਿਸੇ ਨੂੰ ਪ੍ਰੋਬਲਮ ਹੋਵੇ, ਪਰ ਕਿਸੇ ਨੂੰ ਦਬਣਾ ਨਹੀਂ ਹੈਗਾ, ਦਬ ਕੇ। ਫਿਲਮ ਲੱਗੀ ਸੀ ਚਿੜੀਆਂ ਚੰਬਾ ਤੇ ਸਾਡੇ ਨਾਲ ਅਭੀ ਮੌਜੂਦ ਹੈ, ਉਹਨਾਂ ਨਾਲ ਗੱਲ ਕਰਦੇ ਕਿ ਉਹਨਾਂ ਨੂੰ ਕਿਵੇਂ ਫਿਲਮ ਲੱਗੀ, ਅਭੀ ਕਿਵੇਂ ਲੱਗੀ? ਵੀਰੇ ਬਹੁਤ ਵਧੀਆ ਫਿਲਮ, ਮਤਲਬ ਨਾ ਇਹੋ ਜਿਹੀ ਫਿਲਮਾਂ ਦੀ ਲੋੜ ਆ ਪੰਜਾਬ ਦੀ। ਇਸ ਵਾਰੀ 2023 ਦੀ ਜਿੰਨੀਆਂ ਵੀ ਫਿਲਮਾਂ ਆ ਰਹੀਆਂ ਨਾ ਵੀਰੇ, ਕਈ ਹੁੰਦੀ ਹੈ ਫੈਮਲੀ ਦੇ ਉੱਤੇ, ਜਿਹੜੀ ਐ ਨਹੀਂ ਉਹ ਮਿੱਟੀ ਪਹੁ ਦੀ ਫਿਲਮ ਸੀਗੀ, ਉਸ ਸੀਗਾ ਦੱਸਿਆ ਗਿਆ ਸਾਨੂੰ ਫੈਮਲੀ ਦੀ ਕਿੱਦਾਂ ਕਦਰ ਕਰਨੀ ਹੈ। ਇਸ ਫਿਲਮ 'ਚ ਦੱਸਿਆ ਗਿਆ ਕਿ ਕਿੱਦਾਂ ਕੀ ਹੁੰਦਾ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਕੀ ਕਨਸੈਪਟ ਹੁੰਦਾ, ਕਿ ਆਜ਼ਾਦੀ ਕਈ ਕਈ ਲੜਾਈ ਹੁੰਦੀ ਹੈ ਨਾ ਵੀਰੇ, ਤੁਸੀਂ ਵੀ ਸੁਣਿਆ ਹੋਏਗਾ ਕਿ ਜਿਹੜੀ ਅੰਤ ਨਹੀਂ ਹੁੰਦੀ ਆਜ਼ਾਦੀ ਦੀ ਲੜਾਈ, ਕਦੀ ਅੰਤ ਨਹੀਂ ਹੋ ਸਕਦੀ ਵੀਰੇ। ਉਹਦੀ ਇਹ ਫਿਲਮ ਹੈ, ਬਹੁਤ ਵਧੀਆ ਲੱਗੀ ਵੀਰੇ। ਇਹੋ ਜਿਹੀ ਫਿਲਮ ਆਉਣੀਆਂ ਚਾਹੀਦੀਆਂ, 5-5 ਸਟਾਰ ਵਾਲੀ ਫਿਲਮ। ਜਿਵੇਂ ਇਹਨਾਂ ਵਿੱਚ ਗੈਂਗਸਟਰ ਦਾ ਐਂਗਲ ਦਿਖਾਇਆ ਗਿਆ, ਆਪਾਂ ਨੂੰ ਰੀਅਲ ਲਾਈਫ 'ਚ ਵੀ ਹੁਣ ਵੇਖਣ ਨੂੰ ਮਿਲਦਾ ਹੈ। ਬਿਲਕੁਲ ਸੱਚਾਈ ਹੈ, ਸਿਸਟਮ ਹੀ ਇਹੋ ਜਿਹਾ ਉੱਪਰ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇਦਾਂ ਦੀਆਂ ਫਿਲਮਾਂ ਦੱਬ ਜਾਂਦੀਆਂ ਨੇ ਕਿਤੇ ਨਾ ਕਿਤੇ ਆ ਕੇ? ਓਬਵੀਅਸਲੀ ਯੈਸ, ਸੱਚਾਈ ਕੌਣ ਨਹੀਂ ਦੇਖਣਾ ਪਸੰਦ ਕਰਦਾ, ਸੱਚਾਈ ਕੋਈ ਦੇਖਦਾ ਨਹੀਂ। ਜਿਹੜੀ ਹੁਣ ਫਿਲਮ ਆ ਜਾਏਗੀ ਨਾ ਵੀਰੇ ਗਦਰ 2, ਉਹਨੂੰ ਲੋਕ ਦੇਖਣਗੇ ਭਰ ਭਰ ਕੇ, ਅਤੇ ਜਿਹੜੀ ਇਹੋ ਜਿਹੀ ਸੱਚਾਈ ਦੀਆਂ ਫਿਲਮਾਂ ਹੁੰਦੀਆਂ ਉਹਨਾਂ ਨੂੰ ਲੋਕ ਦੇਖਦੇ ਨੇ। ਕੁੜੀਆਂ ਦੇ ਵਿੱਚ ਇੱਕ ਬਹੁਤ ਬਹਾਦਰੀ ਦਿਖਾਈ ਗਈ, ਨਾਰੀ ਸ਼ਕਤੀ ਜ਼ਿੰਦਾਬਾਦ। ਉਹਨੇ ਬਹੁਤ ਬਹਾਦਰੀ ਗਾਈ ਕਿ ਇੰਨਾ ਮਤਲਬ ਬਹਾਦਰੀ ਨਾਲ ਹੈ, ਜੋ ਉਹ ਇੱਥੋਂ ਤੱਕ ਵੀ ਕੰਮ ਕਰ ਸਕਦੀ ਹੈ, ਜੇ ਬੰਦਾ ਚਾਹੇ ਤਾਂ ਉਹ ਕੁਛ ਵੀ ਕਰ ਸਕਦਾ। ਔਰਤ ਨੂੰ ਦਬਾਇਆ ਜਾਂਦਾ ਵੀਰੇ ਜੀ, ਔਰਤ ਤਾਂ ਕੁਛ ਵੀ ਕਰ ਸਕਦੀ ਵੀਰੇ, ਨਾਰੀ ਸ਼ਕਤੀ ਕੁਛ ਵੀ ਕਰ ਸਕਦੀ ਹੈ। ਦਿੱਲੀ ਮੋਰਚੇ ਤੁਸੀਂ ਦੇਖਿਆ ਹੋਏ, ਕਿਸਾਨ ਅੰਦੋਲਨ ਹੋਇਆ ਜੀ ਜੀ, ਜ਼ਿਆਦਾ ਦੇਰ ਨਹੀਂ ਹੋਈ, ਕਿੱਦਾਂ ਜੇ ਮੋਰਚਾ ਜਿੱਤੇ ਨੇ, ਅਸੀਂ ਸਾਡੀਆਂ ਬੀਬੀਆਂ ਕਰਕੇ, ਦਾਦੀਆਂ ਕਰਕੇ, ਭੈਣਾਂ ਕਰਕੇ ਜਿੱਤ ਪਾਏ ਆ। ਤੇ ਮੈਂ ਨਹੀਂ ਕਹਿੰਦਾ ਕਿ ਉੱਥੇ ਲੋਕ ਸਾਰੇ ਸੀ, ਪਰਿਵਾਰ ਸੀ ਇੱਕ ਸਾਰਾ। ਮੈਂ ਆਹੀ ਤਾਂ ਕਹਿ ਰਿਹਾ ਸੀਗਾ ਵੀਰੇ ਕਿ ਇਦਾਂ ਨਹੀਂ ਹੈ ਕਿ ਨਹੀਂ, ਅਸੀਂ ਪਰਿਵਾਰ ਸੀਗਾ, ਪਰ ਜੇ ਵੀਰੇ ਭੈਣਾਂ ਨਾ ਹੁੰਦੀਆਂ ਨਾ ਤੇ ਅਸੀਂ ਜਿੱਤ ਨਹੀਂ ਪਾਉਂਦੇ। ਅਜੇ ਤਾਂ ਵੀਰੇ ਕਈ ਕਈ ਸੰਘਰਸ਼ ਨੇ, ਕਿਹੜੇ ਲੋਕ ਲੜਦੇ ਉਹ ਕਦੇ ਵੀ ਨਹੀਂ ਜਿੱਤ ਪਾਉਂਦੇ। ਜਦੋਂ ਤੱਕ ਇੱਕ ਨਹੀਂ ਦੂਜੀ ਭੈਣਾਂ ਨਾ ਹੁੰਦੀ ਹੈ ਤਾਂ ਵੀਰੇ ਅਸੀਂ ਰੋਟੀਆਂ ਵਗੈਰਾ ਦੀ, ਜਿੰਨਾ ਭੈਣਾਂ ਦੀ ਸਾਡੀ ਸੇਵਾ ਕੀਤੀ ਨਾ ਉਹ ਕੋਈ ਨਹੀਂ ਕਰ ਸਕਦਾ ਸੀਗਾ। ਤੇ ਮੈਂ ਕਹਿੰਦਾ ਇਹੋ ਜਿਹੀ ਫਿਲਮਾਂ ਦੀ ਲੋੜ ਤਾਂ ਆਉਂਦੀਆਂ ਰਹਿਣ। ਜਿਨ੍ਹਾਂ ਨੇ ਫਿਲਮ ਵੇਖਣੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਕਹੂੰਗਾ ਜੀ ਇਹੋ ਜਿਹੀ ਫਿਲਮਾਂ ਦੇਖੋ ਤੇ ਖੁਦ ਵੀ ਤੁਹਾਨੂੰ ਵੀ ਪਤਾ ਚੱਲੂਗਾ ਸਿਸਟਮ ਕਿਹੋ ਜਿਹਾ, ਅਸੀਂ ਕਿੱਦਾਂ ਸੁਧਾਰ ਸਕਦੇ ਹਾਂ, ਜ਼ਰੂਰ ਦੇਖਣਾ। ਸਪੋਰਟ ਕਰਨੀ ਚਾਹੀਦੀ ਹਰੇਕ ਬੰਦੇ। ਮੈਂ ਕਹਿੰਦਾ ਵੀ ਸੱਚਾਈ ਦੀਆਂ ਫਿਲਮਾਂ ਦੀ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ, ਤਾਂ ਕਰੀਏ। ਕਿਵੇਂ ਲੱਗੀ ਫਿਲਮ? ਅੱਛੀ ਲੱਗੀ। ਕੀ ਚੀਜ਼ਾਂ ਦਾ ਕੀ ਵਧੀਆ ਲੱਗਾ, ਕਿਹੋ ਜਿਹੇ ਮੈਸੇਜ ਤੁਸੀਂ ਦੇਣਾ ਚਾਹੋਗੇ ਕਿ ਇੱਕ ਨਾਰੀ ਸ਼ਕਤੀ ਦੀ ਫਿਲਮ ਬਣੀ ਹੈ ਔਰ ਬਹੁਤ ਡਿਫਰੈਂਟ ਕਨਸੈਪਟ ਤੇ ਬਣੀ, ਕੀ ਕਹਿਣਾ ਚਾਹੋਗੇ? ਨਾਰੀ ਚੇਤਨਾ ਤੇ ਆਧਾਰਿਤ ਫਿਲਮ ਹੈ, ਜ਼ੁਲਮ ਦੇ ਖਿਲਾਫ ਹੈ। ਅਮੀਰ ਵੱਲੋਂ, ਕੁਛ ਅਮੀਰਾਂ ਵੱਲੋਂ ਜਿਹੜਾ ਗਰੀਬਾਂ 'ਤੇ ਜ਼ੁਲਮ ਕੀਤਾ ਜਾਂਦਾ ਉਸ ਨੂੰ ਦਰਸਾਉਂਦੀ ਹੈ ਫਿਲਮ। ਕਈ ਹੋਰ ਸਬਜੈਕਟ ਜਿਵੇਂ ਮਿਨਿਸਟਰਾਂ ਵੱਲੋਂ, ਮਤਲਬ ਪਾਵਰ ਵਿੱਚ ਰਹਿੰਦੇ ਲੋਕਾਂ ਵੱਲੋਂ ਆਮ ਲੋਕਾਂ ਨੂੰ ਵਰਤ ਕੇ ਗੈਂਗਸਟਰ ਬਣਾਇਆ ਜਾਂਦਾ, ਫਿਰ ਉਹਨਾਂ ਨੂੰ ਯੂਜ ਕਰਕੇ ਥਰੋਡ ਕੀਤਾ ਜਾਂਦਾ, ਮਾਰਿਆ ਜਾਂਦਾ। ਉਸ ਬਹੁਤ ਸੋਹਣਾ ਸਬਜੈਕਟ ਵਿੱਚੋਂ ਚੁਣਿਆ ਹੋਇਆ। ਗੈਂਗਸਟਰਾਂ ਦਾ ਜੋ ਤਾਂ ਆਪਾਂ ਰੀਅਲ ਲਾਈਫ 'ਚ ਵੀ ਉਹ ਐਂਗਲ ਦੇਖ ਰਹੇ ਗੈਂਗਸਟਰਾਂ ਦਾ, ਹੁਣ ਵੀ ਜੇ ਆਪਾਂ ਆਮ ਤੁਸੀਂ ਖਬਰਾਂ ਦੇਖਦੇ ਹੋ, ਅਤੇ ਕੀ ਲੱਗਦਾ ਕਿ ਫਿਲਮਾਂ ਵਿੱਚ ਇੰਨੀ ਸੱਚਾਈ ਦਿਖਾਉਣੀ ਚਾਹੀਦੀ ਕਿ ਇਸ ਤੋਂ ਵੀ ਵੱਧ ਦਿਖਾਉਣੀ ਚਾਹੀਦੀ? ਸੱਚਾਈ ਤਾਂ ਖੈਰ ਜਿੰਨੀ ਕੁ ਮਤਲਬ ਕਿ ਦਿਖਾਈ ਜਾ ਸਕਦੀ, ਨਹੀਂ ਤਾਂ ਫਿਰ ਵੈਨਬੋਨ ਹੋ ਜਾਂਦੀ ਹੈ। ਹਾਂਜੀ ਹਾਂਜੀ ਹਾਂ, ਇਹ ਕਿ ਸੱਚਾਈ ਨੂੰ ਦਬਾਇਆ ਕਿਉਂ ਜਾਂਦਾ ਹੈ? ਇਹ ਸੱਚਾਈ ਤਾਂ ਆਖਰ ਰਾਈਟ ਹੈ, ਇੱਕੋ ਦਿਖਾਉਣਾ ਤਾਂ ਇੱਕ ਤਾਂ ਫਰਜ਼ ਹੈ, ਇਸ ਚੀਜ਼ਾਂ ਨੂੰ ਦਬਾ ਕਿਉਂ ਦਿੰਦੇ ਨੇ? ਉਹ ਫਿਰ ਸਿੱਧੂ ਮੂਸੇਵਾਲੇ ਵਾਲੀ ਗੱਲ ਹੈ, ਸੱਚ ਬੋਲੇਗੇ ਤਾਂ ਮਿਲੂ 295। ਹਾਂਜੀ ਹਾਂਜੀ, ਉਹ ਹੈ ਅੱਜ ਕੱਲ੍ਹ ਤਾਂ ਗੋਲੀਆਂ ਵੀ ਮਿਲ ਜਾਂਦੀਆਂ ਨੇ, ਬਹੁਤ ਇਹੀ ਇਹੀ ਹਾਲ। ਅਤੇ ਕੀ ਮੈਸੇਜ ਦੇਣਾ ਚਾਹੋਗੇ? ਹਾਂਜੀ ਜੀ ਜੀ ਬਿਲਕੁਲ, ਮਤਲਬ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਅਤੇ ਹਰ ਇੱਕ ਨੂੰ ਜੋ ਚੰਗਾ ਸੋਚਦਾ ਉਹਨੂੰ ਫਿਲਮ ਵੇਖਣੀ ਚਾਹੀਦੀ। ਤੁਸੀਂ ਤਾਂ ਬਹੁਤ ਮਤਲਬ ਜ਼ਿੰਦਗੀ ਲੜਾਈ, ਤੁਹਾਡਾ ਤਜਰਬਾ ਬਹੁਤ ਜ਼ਿਆਦਾ ਹੈ, ਅਤੇ ਮਤਲਬ ਇਸ ਫਿਲਮ 'ਚ ਕੀ ਵੱਖਰਾ ਹੈ, ਤੁਸੀਂ ਉਹ ਦੱਸੋਗੇ ਆਪਣੇ ਤਜਰਬੇ 'ਚੋਂ? ਇਹ ਇਸ ਤਰ੍ਹਾਂ ਦੇ ਜਿਹੜੇ ਪਲੇ ਹੁੰਦੇ ਸੀ ਨਾ, ਸਟੇਜ ਪਲੇ ਹੁੰਦੇ ਸੀਗੇ ਜੀ, ਅਤੇ
ਤੇ ਜਿਵੇਂ ਕਿ ਇਨ ਅੱਜ ਕੱਲ੍ਹ ਵੀ ਮਤਲਬ ਕੁੜੀਆਂ ਉੱਤੇ ਬਹੁਤ ਖਬਰਾਂ ਆਉਂਦੀਆਂ, ਤਸ਼ੱਦਦ ਹੁੰਦਾ ਹੈ, ਕਿਤੇ ਕੋਈ ਰੇਪ ਹੋ ਗਿਆ, ਕਦੇ ਕੁਛ ਹੋ ਗਿਆ, ਕਦੇ ਕਿਡਨੈਪਿੰਗ ਹੋ ਜਾਂਦੀ ਹੈ, ਤਾਂ ਉਹਨਾਂ ਦੇ ਮਤਲਬ ਫਾਈਲਾਂ ਨਾ ਦੱਬੀਆਂ ਰਹਿ ਜਾਂਦੀਆਂ ਨੇ, ਤਾਂ ਤੁਹਾਨੂੰ ਲੱਗਦਾ ਕਿ ਇਹ ਫਿਲਮ ਉਹਨਾਂ ਫਾਈਲਾਂ ਨੂੰ ਵੀ ਖੋਲੂਗੀ ਜੇ ਲੋਕਾਂ ਤੱਕ ਸਹੀ ਮੈਸੇਜ ਪਹੁੰਚ ਗਿਆ ਤਾਂ? ਬਿਲਕੁਲ ਖੋਲੂਗੀ, ਪਤਾ ਤਾਂ ਲੋਕਾਂ ਨੂੰ ਹੁੰਦਾ, ਪਰ ਜਿਹੜਾ ਬਹੁਤ ਜ਼ਿਆਦਾ ਅਕਸਰ ਭੁੱਲ ਜਾਂਦੇ ਨਾ ਆਪਾਂ ਉਹ ਚੀਜ਼ਾਂ ਨੂੰ ਕਿ ਯਾਰ ਇੱਦਾਂ ਹੋ ਸਕਦਾ, ਜਿਹੜੀ ਫਿਲਮ ਹੁੰਦੀ ਨਾ ਇਹ ਬਹੁਤ ਤਰੀਕੇ ਨਾਲ ਵਿਖਾ ਦਿੰਦੀ ਉਸ ਚੀਜ਼ ਨੂੰ, ਹਾਵੀ ਹੈ ਸੱਚ ਨੂੰ ਦਬਾ ਲੈਂਦਾ। ਜੀ ਜੀ ਜੀ, ਪਰ ਸੱਚ ਕਦੇ ਨਾ ਕਦੇ ਤਾਂ ਬਾਹਰ ਆਉਂਦੀ ਹੈ। ਬਿਲਕੁਲ, ਸਪੈਸ਼ਲੀ ਜੋ ਹੈ ਨਾ ਔਰਤਾਂ ਦੀ ਫਿਲਮ ਬਣੀ ਹੈ, ਜੋ ਉਹਨਾਂ ਦੀ ਪਾਵਰ ਦਿਖਾਈ ਗਈ ਹੈ ਕਿ ਵੂਮੈਨ ਜਦੋਂ ਚਾਹੇ ਤਾਂ ਕੁਛ ਵੀ ਕਰ ਸਕਦੀ, ਤੁਸੀਂ ਕੀ ਮੈਸੇਜ ਦੇਣਾ? ਕਰ ਸਕਦੇ ਹੋ, ਜ਼ਰੂਰ ਕਰ ਸਕਦੇ ਹੋ, ਕਿਉਂ ਕਰ ਸਕਦੇ? ਅਤੇ ਕੀ ਤੁਹਾਨੂੰ ਲੱਗਦਾ ਕਿ ਇਸ ਫਿਲਮ ਜ਼ਰੀਏ ਕੀ ਸਪੈਸ਼ਲ ਮੈਸੇਜ ਪਹੁੰਚੂਗਾ? ਸਪੈਸ਼ਲ ਮੈਸੇਜ ਕੁੜੀਆਂ ਵਾਸਤੇ ਹੈ ਜੀ, ਕੁੜੀਆਂ ਨੂੰ ਡਰ ਕੇ ਪਿੱਛੇ ਨਹੀਂ ਆਉਣਾ ਚਾਹੀਦਾ, ਸਮਾਜ ਤੋਂ ਅੱਗੇ ਆਉਣਾ ਚਾਹੀਦਾ, ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ। ਮੈਮ ਮੋਸਟਲੀ ਕੀ ਹੁੰਦਾ ਹੈ ਕਿ ਜਿਵੇਂ ਅੱਜ ਕੱਲ੍ਹ ਬਹੁਤ ਔਰਤਾਂ ਵੱਲੋਂ ਜੋ ਆਪਣੀ ਆਵਾਜ਼ ਨੂੰ ਦਬਾ ਲਿਆ ਜਾਂਦਾ ਹੈ, ਕਿ ਆਪਣੇ ਆਪ ਨੂੰ ਰੋਕ ਲਿਆ ਜਾਂਦਾ ਹੈ ਕਿ ਕਿਤੇ ਲੋਕਾਂ ਨੂੰ ਨਾ ਪਤਾ ਲੱਗ ਜਾਏ ਜਾਂ ਜੱਗ 'ਚ ਨਾ ਬਦਨਾਮੀ ਹੋਵੇ, ਪਰ ਤੁਹਾਨੂੰ ਲੱਗਦਾ ਕਿ ਸਹੀ ਹੈ ਕਿ ਗਲਤ ਹੈ? ਨਹੀਂ ਸਹੀ ਹੈ, ਬਿਲਕੁਲ ਮਤਲਬ ਦਬਾਉਣ ਦੀ ਕੋਸ਼ਿਸ਼ ਕਰਦੇ ਕਿ ਕਿਸੇ ਨੂੰ ਪਤਾ ਨਾ ਚੱਲੇ, ਡਰ ਜਾਂਦੀਆਂ ਨਾ ਇੱਕ ਤਰ੍ਹਾਂ, ਕਿਉਂਕਿ ਅੱਜ ਕੱਲ੍ਹ ਬਹੁਤ ਇੱਦਾਂ ਦੀਆਂ ਘਟਨਾਵਾਂ ਹੋਈਆਂ ਨੇ ਔਰ ਬਹੁਤ ਹੁੰਦੀਆਂ ਵੀ ਆ ਰਹੀਆਂ ਨੇ, ਪਰ ਉਹ ਮੋਸਟਲੀ ਉਹ ਜਿਹੜੇ ਦੋਸ਼ੀ ਹੁੰਦੇ ਨੇ ਉਹ ਬਰੀ ਹੋ ਜਾਂਦੇ ਨੇ, ਜਾਂ ਉਹਨਾਂ 'ਤੇ ਕੋਈ ਐਕਸ਼ਨ ਹੀ ਨਹੀਂ ਹੁੰਦਾ, ਉਹਨਾਂ ਦੀ ਪਾਵਰ ਇੱਥੋਂ ਤੱਕ ਹੁੰਦੀ ਹੈ। ਅਤੇ ਤੁਹਾਨੂੰ ਲੱਗਦਾ ਕਿ ਇਹ ਫਿਲਮ ਉਸ ਚੀਜ਼ਾਂ ਦੇ ਉੱਤੇ ਇਫੈਕਟ ਪਵੇਗੀ? ਬਿਲਕੁਲ ਇਫੈਕਟ ਪਵੇਗਾ, ਜੇ ਲੋਕ ਦੇਖਣ ਤਾਂ ਪਵੇਗੀ। ਜੀ ਜੀ, ਜੇ ਅਸੀਂ ਹਾਸੀ ਮਜ਼ਾਕ ਦੇਖਣਾ ਫਿਰ ਤਾਂ ਬਹੁਤ ਕੁਛ ਹੈ। ਬਿਲਕੁਲ, ਇਹ ਫਿਲਮ ਦੇਖਣੀ ਚਾਹੀਦੀ ਹੈ, ਜ਼ਰੂਰ ਦੇਖਣੀ ਚਾਹੀਦੀ ਹੈ। ਜੀ ਜੀ, ਅਤੇ ਕੀ ਇਹ ਕਹਿੰਦੇ ਕਿਵੇਂ ਦਾ ਮੈਸੇਜ ਮਿਲ ਜਾਏਗਾ ਜੋ ਜਿਹੜਾ ਵੀ ਇਹ ਫਿਲਮ ਵੇਖੂਗਾ? ਮੈਸੇਜ ਮਿਲੇਗਾ ਜੀ ਕੁੜੀਆਂ ਵਾਸਤੇ, ਸਪੈਸ਼ਲੀ ਕੁੜੀਆਂ ਵਾਸਤੇ ਮੈਸੇਜ। ਜੀ ਜੀ, ਕੁੜੀ ਸਾਡੇ 'ਤੇ ਕੋਈ ਜ਼ੁਲਮ ਕਰਦਾ ਤਾਂ ਸਾਨੂੰ ਅੱਗੇ ਆਉਣਾ ਚਾਹੀਦਾ, ਉਹਦਾ ਸਾਹਮਣਾ ਕਰਨਾ ਚਾਹੀਦਾ, ਸਾਹਮਣਾ ਕਰਨਾ ਚਾਹੀਦਾ, ਚਾਹੇ ਉਹ ਕੋਈ ਵੀ ਵੱਡਾ ਬੰਦਾ, ਚਾਹੇ ਕੋਈ ਹੋਵੇ ਜੀ, ਚਾਹੇ ਕੋਈ ਹੋਵੇ, ਮਿਨਿਸਟਰ ਹੋਵੇ, ਚਾਹੇ ਹੋਮ ਮਿਨਿਸਟਰ ਹੋਵੇ, ਚਾਹੇ ਚੀਫ ਮਿਨਿਸਟਰ ਹੋਵੇ, ਜੀ ਚਲੋ ਇਹ ਤਾਂ ਵੱਡੇ ਲੈਵਲ 'ਤੇ ਹੋ ਗਿਆ ਜੀ। ਆਪਾਂ ਘਰੇਲੂ ਤੌਰ 'ਤੇ ਵੀ ਆ ਜਾਈਏ, ਤੁਸੀਂ ਤੁਹਾਨੂੰ ਤਾਂ ਪਤਾ ਹੀ ਅੱਜ ਕੱਲ੍ਹ ਬਹੁਤ ਇੱਦਾਂ ਦੀ ਖਬਰਾਂ ਆ ਰਹੀਆਂ ਕਿ ਕੋਈ ਕਿਸੇ ਨਾਲ ਲੜਾਈ ਹੋ ਗਈ, ਕੋਈ ਉਹਨਾਂ ਨੂੰ ਚੁੱਪ ਰਹਿਣ ਦੀ ਬਜਾਏ ਬੋਲਣਾ ਜ਼ਿਆਦਾ ਉਠਾਉਣੀ ਚਾਹੀਦੀ ਹੈ, ਪਰ ਡਰ ਜਾਂਦਾ ਨਾ ਬੰਦਾ ਬੋਲਦਾ ਨਹੀਂ, ਇਹ ਹੋ ਜਾਂਦਾ ਨਾ, ਇਹ ਡਰ ਕਿਵੇਂ ਖਤਮ ਹੋ ਸਕਦਾ? ਗਲਤ ਦੇ ਨਾਲ ਸਾਰੇ ਹੋ ਜਾਂਦੇ ਆ, ਜਿਹੜਾ ਸਹੀ ਹੁੰਦਾ ਉਹਦੇ ਨਾਲ ਕੋਈ ਨਹੀਂ, ਇਹ ਡਰ ਕਿਵੇਂ ਖਤਮ ਹੋ ਸਕਦਾ? ਜਿਵੇਂ ਕਿ ਵੂਮੈਨ ਜਿਸ 'ਤੇ ਕੰਮ ਹੋਇਆ, ਜ਼ੁਲਮ ਹੋਇਆ, ਉਹ ਅੱਗੇ ਨਹੀਂ ਆਏਗਾ ਜਦੋਂ ਚਲੋ। ਕੁਛ ਹੁੰਦੇ ਕਿ ਕੁਛ ਔਰਤਾਂ ਤਾਂ ਮੋਸਟਲੀ ਨਿਕਲ ਹੀ ਨਹੀਂ ਪਾਉਂਦੀਆਂ ਘਰੋਂ, ਮੋਸਟਲੀ ਪਿੰਡਾਂ ਦੇ ਵਿੱਚ ਉਹ ਨਹੀਂ ਦੇਖ ਸਕਦੀਆਂ ਫਿਲਮਾਂ, ਤਾਂ ਤੁਹਾਨੂੰ ਕੀ ਲੱਗਦਾ ਕਿ ਇੱਦਾਂ ਦੀ ਫਿਲਮਾਂ ਕੁਛ ਸਪੈਸ਼ਲ ਇੱਦਾਂ ਦੇ ਓਕੇਜ਼ਨ ਕਰਾਉਣੇ ਚਾਹੀਦੇ ਕਿ ਘਰ ਘਰ ਫਿਲਮ ਦਿਖਾਈ ਜਾਵੇ? ਦਿਖਾਉਣੀ ਚਾਹੀਦੀ। ਸੋ ਤੁਸੀਂ ਪਬਲਿਕ ਰਿਵਿਊ ਤਾਂ ਸੁਣ ਹੀ ਲਏ ਨੇ ਕਿ ਕਿਵੇਂ ਦੀ ਹੈ ਫਿਲਮ, ਤੁਸੀਂ ਸਾਰਿਆਂ ਨੇ ਦੇਖ ਲਿਆ ਕਿ ਬਹੁਤ ਵਧੀਆ ਜੋ ਫਿਲਮ ਹੈ, ਪਬਲਿਕ ਰਿਵਿਊ ਸੁਣੇ, ਲੋਕਾਂ ਨੇ ਕੀ ਕਿਹਾ ਹੈ ਉਹ ਵੀ ਤੁਸੀਂ ਸੁਣ ਲਿਆ, ਪਰ ਤੁਹਾਨੂੰ ਅਸੀਂ ਆਪਣੇ ਵੱਲੋਂ ਵੀ ਦੱਸ ਦਿੰਦੇ ਹਾਂ ਕਿ ਫਿਲਮ ਵੂਮੈਨ ਇੰਪਾਵਰਮੈਂਟ 'ਤੇ ਹੈ, ਨਾਰੀ ਸ਼ਕਤੀ ਉੱਪਰ ਹੈ, ਕਿ ਜਦੋਂ ਔਰਤ ਕੁਝ ਜੋ ਵੀ ਚਾਹੇ ਉਹ ਕਰ ਸਕਦੀ ਹੈ, ਜੋ ਉਸ 'ਤੇ ਤਸ਼ੱਦਦ ਹੁੰਦਾ ਹੈ ਉਸਦਾ ਉਹ ਜਵਾਬ ਵੀ ਦੇ ਸਕਦੀ ਹੈ, ਤਾਂ ਚਿੜੀਆ ਦਾ ਚੰਬਾ ਫਿਲਮ ਜੋ ਹੈ ਉਹ ਪੂਰੀ ਨਾਰੀ ਸ਼ਕਤੀ ਉੱਤੇ ਫਿਲਮ ਬਣੀ ਹੈ, ਜ਼ਰੂਰ ਤੁਹਾਨੂੰ ਵੇਖਣੀ ਚਾਹੀਦੀ ਹੈ, ਅੱਜ ਦੇ ਸਮੇਂ ਦੇ ਉੱਤੇ ਬਣੀ ਹੈ ਔਰ ਬਹੁਤ ਬੇਬਾਕ ਜੋ ਫਿਲਮ ਬਣਾਈ ਹੈ, ਜ਼ਰੂਰ ਤੁਹਾਨੂੰ ਵੇਖਣੀ ਚਾਹੀਦੀ ਹੈ ਇੱਕ ਵਾਰ। ਹੋ ਸਕਦਾ ਜੋ ਔਰਤਾਂ ਜਾਂ ਕੁੜੀਆਂ ਨਹੀਂ ਬੋਲ ਪਾ ਰਹੀਆਂ, ਜੋ ਵੀ ਉਹਨਾਂ ਨਾਲ ਤਸ਼ੱਦਦ ਹੋ ਰਿਹਾ ਜਾਂ ਉਹਨਾਂ ਨਾਲ ਗਲਤ ਹੋ ਰਿਹਾ ਹੈ, ਹੋ ਸਕਦਾ ਫਿਲਮ ਦੇਖ ਕੇ ਉਹਨਾਂ ਵਿੱਚ ਇੱਕ ਜੋਸ਼ ਆ ਜਾਵੇ ਅਤੇ ਉਹ ਜੋ ਗਲਤ ਦੇ ਖਿਲਾਫ ਹੈ ਉਹ ਬੋਲ ਸਕਣ, ਤਾਂ ਜ਼ਰੂਰ ਤੁਹਾਨੂੰ ਇਹ ਫਿਲਮ ਵੇਖਣੀ ਚਾਹੀਦੀ ਹੈ ਜੀ। ਅਸੀਂ ਆਪਣੇ ਵੱਲੋਂ ਦੱਸ ਦਿੰਦੇ ਹਾਂ ਫਿਲਮ ਬਹੁਤ ਵਧੀਆ ਲੱਗੀ, ਹਾਂ ਕਿਤੇ ਕੁਛ ਕਮੀਆਂ ਹੋ ਸਕਦੀਆਂ ਨੇ, ਪਰ ਹੋ ਸਕਦਾ ਇਹ ਪ੍ਰੀਮੀਅਰ ਦੇ ਵਿੱਚ ਫਾਈਨਲ ਫਿਲਮ ਨਾ ਹੋਵੇ, ਜੋ ਤੁਹਾਨੂੰ ਸਿਨੇਮਾ ਦੇ ਵਿੱਚ ਇਹ ਫਿਲਮ ਉਹ ਫਾਈਨਲ ਦਿਖਾਈ ਜਾਵੇ, ਹੋ ਸਕਦਾ ਉਹਦੇ ਵਿੱਚ ਬਹੁਤ ਜ਼ਿਆਦਾ ਹੋਰ ਚੀਜ਼ਾਂ ਵਧੀਆ ਹੋਣ, ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਫਿਲਮ ਓਵਰਆਲ ਵਧੀਆ ਹੈ, ਜਿਸ ਟੋਪਿਕ 'ਤੇ ਬਣਾਈ ਗਈ ਹੈ ਟੋਪਿਕ ਬਹੁਤ ਵਧੀਆ ਹੈ, ਤਾਂ ਜੋ ਤੁਸੀਂ ਪਿਆਰ ਦੇਣਾ, ਜੇ ਤੁਸੀਂ ਪਿਆਰ ਦਿਉਂਗੇ ਤਾਂ ਉਹਨਾਂ ਨੂੰ ਵੀ ਹਿੰਮਤ ਮਿਲੇਗੀ, ਤਾਂ ਪ੍ਰੋਡਿਊਸਰ ਡਾਇਰੈਕਟਰ ਇੱਦਾਂ ਦੀਆਂ ਫਿਲਮਾਂ ਹੋਰ ਆਉਣ ਵਾਲੇ ਸਮੇਂ 'ਚ ਲੈ ਕੇ ਆਉਣਗੇ, ਤਾਂ ਤੁਸੀਂ ਜ਼ਰੂਰ ਇਹ ਸਿਨੇਮਾ ਘਰਾਂ 'ਚ ਫਿਲਮ ਵੇਖਣਾ, ਅਤੇ ਸਾਨੂੰ ਵੀ ਕਮੈਂਟ ਕਰਕੇ ਦੱਸਣਾ ਕਿ ਕਿਵੇਂ ਦੀ ਲੱਗੀ ਹੈ, ਅਤੇ ਅਸੀਂ ਤਾਂ ਰਿਕਮੈਂਡ ਕਰਾਂਗੇ ਕਿ ਇੱਕ ਵਾਰ ਫਿਲਮ ਦੇਖੋ। ਸਟਾਰਸ ਨਹੀਂ ਦੇਵਾਂਗੇ ਅੱਜ ਅਸੀਂ ਕਿ ਕਿੰਨੇ 'ਚੋਂ ਕਿੰਨੇ ਸਟਾਰ, ਕਿਉਂਕਿ ਬਹੁਤ ਬੇਬਾਕੀ 'ਤੇ ਫਿਲਮ ਹੈ ਔਰ ਅਜਿਹੇ ਟੋਪਿਕ 'ਤੇ ਫਿਲਮ ਹੈ ਜਿਸ ਉੱਤੇ ਬਹੁਤ ਘੱਟ ਫਿਲਮਾਂ ਬਣਦੀਆਂ ਨੇ, ਔਰ ਉਸ ਤੋਂ ਇਲਾਵਾ ਜੋ ਅੱਜ ਕੱਲ੍ਹ ਦੀ ਰਾਜਨੀਤੀ ਚੱਲਦੀ ਹੈ ਉਹ ਬਹੁਤ ਬੇਬਾਕੀ ਨਾਲ ਦਿਖਾਈ ਗਈ ਹੈ, ਸ਼ਾਇਦ ਇੱਦਾਂ ਦੀ ਕਿਸੇ ਨੇ ਵੀ ਨਾ ਦਿਖਾਈ ਹੋਵੇ ਰਾਜਨੀਤੀ, ਅਤੇ ਜੋ ਮੰਤਰੀ ਲੋਕ ਕਰਦੇ ਨੇ ਸਾਰੇ ਤਾਂ ਨਹੀਂ ਪਰ ਜੋ ਕੁਛ ਵੀ ਗਲਤ ਹੁੰਦੇ ਨੇ ਉਹ ਕੀ ਕਰਦੇ ਨੇ ਔਰ ਕਿਸ ਹੱਦ ਤੱਕ ਜਾ ਸਕਦੇ ਨੇ ਉਹ ਇਸ ਵਿੱਚ ਜ਼ਰੂਰ ਦਿਖਾਇਆ ਹੈ। ਤਾਂ ਹੁਣ ਜਾਣੀ ਮੈਨੂੰ ਮਨਜਿੰਦਰ ਸਿੰਘ ਔਲਖ ਨੂੰ ਦਿਓ ਇਜਾਜ਼ਤ, ਧੰਨਵਾਦ।